ਡੇਲੀ ਪੋਸਟ ਦੇ ਦਰਸ਼ਕਾਂ ਦਾ ਸਵਾਗਤ ਹੈ। ਦਰਸ਼ਕੋ, ਅੱਜ ਤੁਹਾਨੂੰ ਅਸੀਂ ਧਰਮਕੁੱਟ ਲੈ ਚੱਲਦੇ ਹਾਂ, ਜਿੱਥੇ ਇੱਕ ਗਰੀਬ ਪਰਿਵਾਰ ਦੀ ਲੜਕੀ ਜਿਹੜੀ ਹੈ ਰਾਤ ਨੂੰ 12 ਵਜੇ ਦੇ ਕਰੀਬ ਅੱਜ ਤੋਂ 2 ਦਿਨ ਪਹਿਲਾਂ ਇੱਕ ਬੱਚੇ ਨੂੰ ਜਨਮ ਦਿੰਦੀ ਹੈ। ਇੱਥੇ ਦੱਸਣਾ ਇਹ ਬਣਦਾ ਕਿ ਉਸ ਦਿਨ ਰਾਤ ਕੋਈ ਵੀ ਹਸਪਤਾਲ, ਚਾਹੇ ਉਹ ਸਰਕਾਰੀ ਹੋਵੇ ਚਾਹੇ ਪ੍ਰਾਈਵੇਟ, ਕੋਈ ਵੀ ਆਪਣੇ ਦਰਵਾਜ਼ੇ ਨਹੀਂ ਖੋਲ੍ਹਦਾ। ਕਰਫਿਊ ਦੌਰਾਨ ਸਾਰੇ ਆਪਣੇ ਜਿਹੜੇ ਦਰਵਾਜ਼ੇ ਬੰਦ ਕਰ ਲੈਂਦੇ ਨੇ। ਕਿਤੇ ਨਾ ਕਿਤੇ ਜੇ ਵੇਖਿਆ ਜਾਵੇ ਤਾਂ ਡਾਕਟਰਾਂ ਦੇ ਵਿੱਚ ਵੀ ਕਰੋਨਾ ਵਾਇਰਸ ਨੂੰ ਲੈ ਕੇ ਜਿਹੜੀ ਡਰ ਪਾਇਆ ਜਾ ਰਿਹਾ, ਅਤੇ ਜਿਹੜੇ ਪੁਲਿਸ ਮੁਲਾਜ਼ਮ ਆ ਜਿਹੜੇ ਦਿਨ ਰਾਤ ਆਪਣੀ ਡਿਊਟੀ ਕਰ ਰਹੇ ਨੇ, ਉਹ ਉਸ ਪਰਿਵਾਰ ਦੀ ਮਦਦ ਕਰਦੇ ਨੇ। ਆਓ ਤੁਹਾਡੀ ਕਰਾਉਂਦੇ ਹਾਂ ਪੁਲਿਸ ਮੁਲਾਜ਼ਮਾਂ ਅਤੇ ਉਸ ਪਰਿਵਾਰ ਨਾਲ ਗੱਲਬਾਤ। ਸਾਡੇ ਨਾਲ ਪੁਲਿਸ ਮੁਲਾਜ਼ਮ ਬਿੱਕਰ ਸਿੰਘ ਅਤੇ ਉਹਨਾਂ ਦੇ ਸਾਥੀ ਸਾਡੇ ਨਾਲ ਨੇ, ਉਹਨਾਂ ਨਾਲ ਗੱਲਬਾਤ ਕਰਦੇ ਕਿ ਉਸ ਦਿਨ ਜਿਹੜੀ ਰਾਤ ਹੈ ਕੀ ਘਟਨਾ ਵਾਪਰੀ, ਕੀ ਉਹਨਾਂ ਨੇ ਮਦਦ ਕੀਤੀ। ਬਿੱਕਰ ਸਿੰਘ ਜੀ, ਪਹਿਲਾਂ ਤਾਂ ਡੇਲੀ ਪੋਸਟ ਵੱਲੋਂ ਤੁਹਾਡਾ ਸਵਾਗਤ ਹੈ। ਕੀ ਗੱਲ ਹੋਈ ਸੀ ਉਸ ਦਿਨ ਜਿਹੜੀ ਤੁਸੀਂ ਇਹਨਾਂ ਕਿਸ ਤਰ੍ਹਾਂ ਹੈਲਪ ਕੀਤੀ? ਮੈਂ ਏਐਸ ਬਿੱਕਰ ਸਿੰਘ ਅਤੇ ਮੇਰਾ ਸਾਥੀ ਸੁਖਜਿੰਦਰਪਾਲ, ਅਸੀਂ PCR ਧਰਮਕੋਟ ਵਿਖੇ ਤੈਨਾਤ ਹਾਂ। ਅਤੇ ਜੋ ਸਾਡੀ ਗਸ਼ਤ ਲੱਗੀ ਹੋਈ ਹੈ, ਅਸੀਂ ਗਸ਼ਤ ਦੌਰਾਨੇ ਗਸ਼ਤ ਲੋਹਗੜ ਚੌਂਕ ਤੋਂ ਪਡੋਰੀ ਗੇਟ ਜਾ ਰਹੇ ਸੀਗੇ, ਅਤੇ ਰਸਤੇ ਦੇ ਵਿੱਚ ਸਾਨੂੰ ਇੱਕ ਬਾਈਕ ਮਿਲਿਆ, ਮੋਟਰਸਾਈਕਲ, ਜਿਸ ਨੂੰ ਵਿੱਕੀ ਚਲਾ ਰਿਹਾ ਸੀ, ਮਗਰ ਉੱਥੇ 2 ਨੇ ਲੇਡੀਜ਼ ਬੈਠੀ, ਅਸੀਂ ਉਹਨੂੰ ਸ਼ੱਕ ਦੇ ਆਧਾਰ 'ਤੇ ਰੋਕਿਆ ਅਤੇ ਪੁੱਛਗਿੱਛ ਕੀਤੀ, ਭਾਈ ਤੁਸੀਂ ਕਿੱਥੋਂ ਆਏ ਅਤੇ ਕਿੱਧਰ ਚੱਲੇ ਹਾਂ? ਉਹ ਸਾਡੇ ਕੋਲ ਰੋਣ ਕਰਲਾ ਕੇ ਵਿਚਾਰਿਆਂ ਨੇ ਕਿਹਾ ਕਿ ਸਾਡੀ ਲੜਕੀ ਪ੍ਰੈਗਨੈਂਟ ਆ, ਬੱਚਾ ਹੋਣ ਵਾਲਾ ਵਾ, ਸਾਨੂੰ ਕਿਸੇ ਹਸਪਤਾਲ ਵਾਲੇ ਨੇ ਹੱਥ ਨਹੀਂ ਪਾਇਆ ਗਾ, ਸਰਕਾਰੀ ਹਸਪਤਾਲ ਵੀ ਬੰਦ ਆ, ਜੋ ਅਸੀਂ 2-3 ਹਸਪਤਾਲ ਆ ਗਏ ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਅਤੇ ਮੈਂ ਆਪਣੇ ਸਾਥੀ ਨੂੰ ਕਿਹਾ, ਮੈਂ ਕਿਹਾ ਆਪਾਂ ਇਹਨਾਂ ਦੀ ਮਦਦ ਕਰੀਏ। ਅਸੀਂ ਮੋੜ ਕੇ ਮੋਟਰਸਾਈਕਲ ਲਾ ਕੇ ਅਸੀਂ ਸਾਹਮਣੇ ਸਿਮੀਆਂ ਦਾ ਹਸਪਤਾਲ, ਉੱਥੇ ਦਰਵਾਜ਼ਾ ਖੜਕਾਇਆ ਜਿਸ 'ਤੇ ਲਿਖਿਆ ਸੀਗਾ ਕਿ ਰਾਤ ਨੂੰ ਦਰਵਾਜ਼ਾ ਨਹੀਂ ਖੋਲ੍ਹਿਆ ਜਾਏਗਾ। ਫਿਰ ਅਸੀਂ 6-6 ਡਾਕਟਰ ਨੇ ਕਿਹਾ, ਉਹਨਾਂ ਦਰਵਾਜ਼ਾ ਖੋਲ੍ਹਿਆ, ਲੇਕਿਨ ਉਸ ਨੇ ਵੀ ਨਹੀਂ ਖੋਲ੍ਹਿਆ। ਇਸ ਦੀ ਹਾਲਤ ਵਿਗੜਦੀ ਜਾਂਦੀ ਸੀਗੀ। ਅਸੀਂ ਮੈਂ ਸਾਥੀ ਨੂੰ ਕਿਹਾ ਬੈਂਚ ਲਿਆ ਖਾਲੀ ਕਰਕੇ, ਉਹ ਤਖਤਪੁਰ ਸਬਜ਼ੀ ਵਾਲਾ ਸੀਗਾ, ਅਸੀਂ ਉਹ ਤਖਤਪੁਰ ਸਾਫ਼ ਕਰਕੇ ਉਸ 'ਤੇ ਲੜਕੀ ਨੂੰ ਲਟਾਇਆ। ਅਤੇ ਮੈਂ ਸਾਥੀ ਨੂੰ ਕਿਹਾ ਵੀ ਸਾਹਮਣੇ ਜਸਵੀਰ ਕੌਰ ਨਰਸ ਆ, ਉਸ ਨੂੰ ਲੈ ਕੇ ਆ। ਉਸ ਨੇ ਵੀ ਕੁਛ ਸਮਾਂ ਕਿੰਨਾ ਕੁ ਸੀਗਾ ਇਹ ਜ਼ਰੂਰ ਦੱਸੋ? ਸਮਾਂ ਕੋਈ ਕਰੀਬ 11:30-12 ਦਾ ਸੀ ਰਾਤ ਦਾ। ਅਤੇ ਉਸ ਤੋਂ ਬਾਅਦ ਜਦੋਂ ਉਹਨਾਂ ਨੂੰ ਲੈ ਕੇ, ਉਹਨਾਂ ਨੇ ਵੀ ਕਿਹਾ ਵੀ ਇੱਥੇ ਲੈ ਕੇ ਆਓ, ਇਹ ਕਹਿੰਦਾ ਸਰ, ਉਹ ਕਹਿੰਦੇ ਵੀ ਇੱਥੇ ਲੈ ਕੇ ਆਓ। ਉਸ ਤੋਂ ਬਾਅਦ ਇਹਨਾਂ ਨੂੰ ਮੈਂ ਕਿਹਾ, ਭਾਅ ਜੀ ਇੱਕ ਸਾਡੇ ਲੇਡੀਜ਼ ਦਾਈ ਹੈ, ਮੰਗੋ ਮੰਗੋ ਆ ਗਈ, ਨਾਲ 2-3 ਲੇਡੀਜ਼ ਆ ਗਈਆਂ। ਉਹ ਕਹਿੰਦੀ ਭਾਅ ਜੀ ਕੇਸ ਤਾਂ ਸਮਝ ਹੋ ਗਿਆ, ਅੱਧਾ ਤਾਂ ਹੋ ਗਿਆ। ਮੈਂ ਕਿਹਾ ਵੀ ਸਾਥੀ ਉਸ ਨੇ ਉੱਥੇ ਨਹੀਂ ਜਾ ਸਕਦੇ, ਉਹਨਾਂ ਨੇ ਇੱਥੇ ਲਿਆ। ਫਿਰ ਮੇਰਾ ਸਾਥੀ ਲੈ ਕੇ ਆਇਆ, ਅਸੀਂ ਪਾਣੀ ਦਾ ਵਿਚਾਰੀ ਕੁੜੀ ਦਾ ਲੜਕੀ ਹੈ, ਸੰਘ ਸੁੱਕ ਗਿਆ, ਅਸੀਂ ਲਿਫਾਫੇ ਨਾਲ ਪਾਣੀ ਪਿਆਇਆ। ਫਿਰ ਮੈਂ ਇਹਨਾਂ ਨੇ ਕਿਹਾ ਦੁੱਧ ਗਰਮ ਕਰਕੇ ਲਿਆ, ਦੁੱਧ ਗਰਮ ਕਰਕੇ ਲਿਆਂਦਾ, ਲੇਕਿਨ ਬਹੁਤ ਜ਼ਿਆਦਾ ਕਠਿਨਾਈ ਦੇ ਨਾਲ ਕੇਸ ਹੋਇਆ। ਇੱਕ ਜਿਹੜੀਆਂ ਔਰਤਾਂ ਨੇ ਉਹ ਤੁਸੀਂ ਕਿੱਥੋਂ ਬੁਲਾਈਆਂ? ਇਹ ਔਰਤਾਂ ਇਹਨਾਂ ਦੀਆਂ ਆਂਢ ਗੁਆਂਢ ਦੀਆਂ ਸੀਗੀਆਂ। ਉਸ ਜਿਹੜਾ ਸਾਥੀ ਵਿੱਕੀ ਸੀ ਉਹ ਲੈ ਕੇ, ਕੁਛ ਮੇਰਾ ਸਾਥੀ ਲੈ ਕੇ ਆਇਆ ਨਾਲ। ਇਹ ਜਗ੍ਹਾ ਦਾ ਜ਼ਰੂਰ ਦੱਸੋ, ਜਗ੍ਹਾ ਕਿਹੜੀ? ਜਿੱਥੇ ਖੜ੍ਹੇ ਜੀ? ਹਾਂ, ਜਿਹੜੀ ਉੱਥੇ ਸੀ ਉਹ ਲੋਹਗੜ ਚੌਂਕ ਜੀ, ਧਰਮਕੋਟ ਲੋਹਗੜ ਨੇੜੇ ਬੱਸ ਸਟੈਂਡ। ਹਾਂਜੀ ਹਾਂਜੀ। ਹਸਪਤਾਲ ਤੁਸੀਂ ਕਿੰਨਿਆਂ 'ਚ ਗਏ? ਹਸਪਤਾਲ 3 'ਚ ਗਏ ਸੀ ਅਸੀਂ, ਅਸੀਂ ਖੁਦ ਜਾ ਕੇ ਆਏ 2-3 'ਚ। ਕਿਸੇ ਨੇ ਮਤਲਬ ਦਰਵਾਜ਼ੇ ਬੰਦ ਸੀਗੇ, ਕਿਸੇ ਨੇ ਦਰਵਾਜ਼ਾ ਨਹੀਂ ਖੋਲ੍ਹਿਆ। ਲੇਕਿਨ ਅਖੀਰ ਸਾਨੂੰ ਫਿਰ ਕੁੜੀ ਕਠਿਨਾਈ 'ਚ ਆ, ਹੋ ਸਕਦਾ ਮੌਤ ਵੀ ਹੋ ਸਕਦੀ ਸੀਗੀ। ਅਸੀਂ 108 ਐਂਬੂਲੈਂਸ ਨੂੰ ਵੀ ਫੋਨ ਕੀਤਾ, ਲੇਕਿਨ ਉਹ ਕਹਿੰਦੇ ਵੀ ਅਸੀਂ ਬਿਜੀ ਹਾਂ, ਕਿਤੇ ਬਾਹਰ ਪੇਸ਼ੈਂਟ ਲੈ ਗਏ ਹਾਂ। ਦੁਬਾਰਾ ਜਦੋਂ ਕੇਸ ਹੋਗਾ, ਦੁਬਾਰਾ ਉਹਨਾਂ ਦਾ ਫੋਨ ਆਇਆ ਵੀ ਬਾਈ ਸਾਡੀ ਲੋੜ ਹੈਗੀ ਆ। ਅਸੀਂ ਕਿਹਾ ਵੀ ਬਾਈ ਕੇਸ ਹੋ ਗਿਆ, ਹੁਣ ਤੁਹਾਡੀ ਕੋਈ ਲੋੜ ਨਹੀਂ ਜੀ। ਉਸ ਤੋਂ ਬਾਅਦ ਮੇਰੇ ਸਾਥੀ ਨੇ ਗੱਡੀ ਲਿਆਂਦੀ, ਗੱਡੀ 'ਚ ਪਾ ਕੇ 1:30 ਵਜੇ ਕਰੀਬ ਘਰ ਛੱਡ ਕੇ, ਜੋ ਕਿ ਬੱਚਾ ਚਾਚਾ ਬਹੁਤ ਤੰਦਰੁਸਤ ਸੀ। ਡਾਕਟਰਾਂ ਦਾ ਨਾਮ ਮਿਲਣਾ ਕਿਵੇਂ ਦਾ ਮੰਨਦੇ ਹੋ? ਵੀ ਉਹਨਾਂ ਦਾ ਵਤੀਰਾ ਕਿਸ ਤਰ੍ਹਾਂ ਦਾ? ਇਸ ਔਖੇ ਸਮੇਂ ਦੇ ਵਿੱਚ ਕਰਫਿਊ ਲੱਗਾ ਹੋਇਆ, ਡਾਕਟਰ ਨਾ ਆਉਣਾ, ਇਹ ਕਿਵੇਂ ਮੰਨਦੇ ਹੋ? ਦੇਖੋ, ਆਪਾਂ ਕਹਿੰਦੇ ਨੇ ਡਾਕਟਰ ਰੱਬ ਦਾ ਰੂਪ ਆ, ਪਰ ਇਸ ਤੋਂ ਵੱਡਾ ਮੈਨੂੰ ਤਾਂ ਜਦੋਂ ਹੱਥ ਨਹੀਂ ਪਾਇਆ ਤਾਂ ਮੇਰੇ ਤੋਂ ਦੁਸ਼ਮਣੀ ਕੋਈ ਨਹੀਂਗਾ, ਦੁਸ਼ਮਣੀ ਕੋਈ ਨਹੀਂਗਾ। ਸਾਥੀ ਤਾਂ ਉਹ ਆ ਜਿਹੜਾ ਕਿਸੇ ਸਹਾਇਤਾ 'ਚ ਕੰਮ ਆਵੇ। ਪੁਲਿਸ ਵਾਲੇ ਲੋਕ ਮਾੜਾ ਕਹਿੰਦੇ ਆ, ਆਹ ਤੁਹਾਡੇ ਸਾਹਮਣੇ ਜਿਉਂਦੀ ਜਾਗਦੀ ਮਿਸਾਲ ਆ। ਅਸੀਂ ਇਸ ਦਾ ਨਹੀਂ ਸਹਾਨ ਕਰਦੇ, ਉਹ ਪਰਮਾਤਮਾ ਦਾ, ਪਰਮਾਤਮਾ ਸਾਨੂੰ ਭੇਜਿਆ ਮਦਦ ਵਾਸਤੇ। ਵਧੀਆ ਮਾਣ ਮਹਿਸੂਸ ਹੁੰਦਾ ਵੀ ਤੁਸੀਂ? ਹਾਂਜੀ ਹਾਂਜੀ, ਮਹਾਰਾਜ ਸਾਨੂੰ ਐਂ ਤਰੱਕੀਆਂ ਬਖਸ਼ੀ ਅਤੇ ਐਂ ਸਾਨੂੰ ਸੇਵਾ ਕਰਨ ਦਾ ਮੌਕਾ ਮਿਲੇ, ਸਾਨੂੰ ਕੋਈ ਪ੍ਰੋਬਲਮ ਨਹੀਂ ਜੀ। ਲੋਕਾਂ ਵੱਲੋਂ ਕਿਵੇਂ ਦਾ, ਤੁਸੀਂ ਪਰਸੋਂ ਦੀ ਗੱਲ ਹੈ, ਇਹ ਲੋਕਾਂ ਨੇ ਕਿਸ ਤਰ੍ਹਾਂ ਦਾ ਹੁੰਗਾਰਾ ਦਿੱਤਾ? ਲੋਕ ਬਹੁਤ ਵਧੀਆ, ਸਾਨੂੰ ਹੁੰਗਾਰਾ ਮਿਲ ਲਿਆ, ਵਾਰ ਵਾਰ ਫੋਨ ਆ ਰਹੇ ਆ, ਵਧਾਈਆਂ ਦੇ ਪਾਤਰ ਆ ਜੀ। ਮੇਰੇ ਨਾਲ ਪੱਤਰਕਾਰ ਵੀ ਵਧਾਈਆਂ ਦੇ ਪਾਤਰ ਆ, ਸਤੀਸ਼ ਪੱਤਰਕਾਰ ਦੀ ਬਹੁਤ ਵੱਡੀ ਦੇਣ ਆ ਜੀ, ਜਿਨ੍ਹਾਂ ਨੇ ਐਡਾ ਵਧੀਆ ਸਾਡਾ ਉਪਰਾਲਾ, ਸਾਨੂੰ ਤਾਂ ਪਤਾ ਹੀ ਨਹੀਂ ਸੀਗਾ। ਤੁਸੀਂ ਕੀ ਕਹੋਗੇ, ਤੁਸੀਂ ਵੀ ਉਸ ਦਿਨ ਨਾਲ ਸੀਗੇ? ਬਸ ਜੀ, ਬਹੁਤ ਹੀ ਜਾਣੀ ਕਿ ਔਖਾ ਸਮਾਂ ਸੀਗਾ ਜਿਸ ਵੇਲੇ ਸਾਡੇ ਕੋਲ ਆਏ ਸੀਗੇ, ਪਰ ਪਰਮਾਤਮਾ ਦੀ ਕਿਰਪਾ ਦੇ ਨਾਲ ਉਹ ਬਹੁਤ ਵਧੀਆ ਹੋ ਗਿਆ। ਸਾਨੂੰ ਇਹ ਸੇਵਾ ਦਾ ਮੌਕਾ ਦਿੱਤਾ, ਇੱਕ ਜ਼ਿੰਦਗੀ ਬਚ ਗਈ, ਬੱਚਾ ਇੱਕ ਆਪਦੇ ਮਾਂ ਪਿਓ ਦੇ ਕੋਲ ਆ ਗਿਆ, ਬਹੁਤ ਵਧੀਆ ਹੋ ਗਿਆ। ਪਰ ਡਾਕਟਰਾਂ ਦੇ ਪ੍ਰਤੀ ਐਸਾ ਵਤੀਰਾ ਨਹੀਂ ਕਰਨਾ ਚਾਹੀਦਾ ਸੀ ਉਹਨਾਂ ਨੂੰ, ਡਾਕਟਰਾਂ ਨੂੰ ਔਖੇ ਹਾਲਾਤ ਦੇ ਵਿੱਚ ਉਹਨਾਂ ਨੂੰ ਇਹਨਾਂ ਦੀ ਮਦਦ ਕਰਨੀ ਚਾਹੀਦੀ ਸੀਗੀ, ਪਰ ਕਿਸੇ ਨੇ ਇਹਨਾਂ ਦੀ ਬਾਂਹ ਨਹੀਂ ਫੜੀਗੀ।
ਡਾਕਟਰਾਂ ਵਾਸਤੇ ਬਹੁਤ ਹੀ ਮਾੜੀ ਗੱਲ ਇਹ। ਜਿਵੇਂ ਕਰਫਿਊ ਲੱਗਾ ਹੋਇਆ, ਹਾਲਾਤ ਉਹ ਚੰਗੇ ਨਹੀਂ ਗੇ ਹੈਗੇ। ਜਿਵੇਂ ਡਾਕਟਰ ਆ, ਡਾਕਟਰਾਂ ਦਾ ਨਾਂ ਬਾਹਰ ਨਿਕਲਣਾ, ਲੋਕਾਂ ਦੀ ਮਦਦ ਨਾ ਕਰਨਾ, ਡਾਕਟਰਾਂ ਪ੍ਰਤੀ ਕੀ ਕਹੋਗੇ? ਡਾਕਟਰਾਂ ਪ੍ਰਤੀ ਇਹੀ ਹੈ ਕਿ ਇੱਕ ਤਾਂ ਜਿਹੜੀ ਮਹਾਂਮਾਰੀ ਚੱਲ ਰਹੀ ਹੈ ਉਸ ਦੇ ਮੁਤਾਬਕ ਸਰਕਾਰਾਂ ਕਹਿ ਰਹੀਆਂ ਕਿ ਡਾਕਟਰ ਰੱਬ ਦਾ ਰੂਪ ਹੈ, ਡਾਕਟਰ ਸਭ ਕੁਛ ਕਰਨਗੇ, ਪਰ ਇਸ ਹਾਲਾਤ ਦੇ ਵਿੱਚ ਡਾਕਟਰਾਂ ਵੱਲੋਂ ਕੋਈ ਸਹਿਯੋਗ ਨਹੀਂ ਮਿਲਿਆ, ਕਿਸੇ ਤਰ੍ਹਾਂ ਦੀ ਕੋਈ ਹੈਲਪ ਨਹੀਂ ਮਿਲੇਗੀ। ਬਹੁਤ ਹੀ ਮਾੜੀ ਗੱਲ ਇਹ, ਇੱਦਾਂ ਨਹੀਂ ਹੋਣਾ ਚਾਹੀਦਾ ਸੀਗਾ। ਇੱਕ ਔਖਾ, ਇੰਨਾ ਕੁ ਔਖਾ ਸਮਾਂ ਸੀਗਾ, ਸਾਨੂੰ ਪਤਾ ਸੀ ਕਿਹੜੇ ਹਿਸਾਬ ਦੇ ਨਾਲ ਕੰਟਰੋਲ ਕੀਤਾ ਵਾ। ਮੈਂ ਕਹਿੰਦਾ ਪੁੱਛੋ ਹੀ ਨਾ ਤੁਸੀਂ ਜੀ, ਬਹੁਤ ਸਮਾਂ ਔਖਾ ਸੀਗਾ ਜੀ। ਜਿਹੜੇ ਕੱਪੜੇ ਵਗੈਰਾ ਉਹ ਤੁਸੀਂ ਉੱਥੇ ਕਿੱਥੋਂ ਲੈ ਕੇ ਆਏ? ਜਿਹੜਾ ਮੇਜ਼ ਵਗੈਰਾ ਉੱਥੇ, ਮੇਜ਼ ਵਗੈਰਾ ਉੱਥੇ ਇੱਕ ਸਬਜ਼ੀ ਦੀ ਦੁਕਾਨ ਲੱਗਦੀ ਹੈ, ਉੱਥੇ ਮੇਜ਼ ਪਿਆ ਸੀਗਾ, ਮੁੱਦਾ ਮਾਰਿਆ ਪਿਆ ਸੀਗਾ, ਕਰਫਿਊ ਦਾ ਰੋਡ ਬੰਦ ਕੀਤਾ ਸੀਗਾ, ਉਹ ਟੇਬਲ ਅਸੀਂ ਸਿੱਧਾ ਕੀਤਾ, ਉਹਦੇ ਉੱਪਰ ਮਿੱਟੀ ਘੱਟਾ ਬਹੁਤ ਸੀਗਾ, ਫਿਰ ਕੱਪੜਾ ਮਾਰਿਆ ਸੀ, ਕੱਪੜਾ ਮਾਰ ਕੇ ਲੜਕੀ ਨੂੰ ਉੱਥੇ ਲਟਾਇਆ, ਅਤੇ ਉਸ ਤੋਂ ਬਾਅਦ ਇਹ ਸਾਰਾ ਕੇਸ ਹੋਇਆ ਜੀ। ਫਿਰ ਬੀਬੀਆਂ ਨੂੰ ਬੁਲਾਇਆ ਸੀ, ਉਹਨਾਂ ਨੇ ਬਹੁਤ ਸਹਿਯੋਗ ਦਿੱਤਾ, ਫਿਰ ਇੱਕ ਜਸਵੀਰ ਨਰਸ ਆਈ ਉਹਨਾਂ ਦੇ ਘਰੇ, ਗਏ ਚਲੋ ਉਹਨਾਂ ਨੇ ਆਏ, ਬਾਅਦ 'ਚ ਉਹਦਾ ਟ੍ਰੀਟਮੈਂਟ ਦਿੱਤਾ, ਬੱਚੇ ਨੂੰ ਉਹਨਾਂ ਨੇ ਦਿੱਤਾ ਸਾਰਾ ਕੁਛ ਆਪਦਾ, ਬਹੁਤ ਧੰਨਵਾਦ ਉਹਨਾਂ ਦਾ ਜਿਹੜੇ ਅਖੀਰ 'ਤੇ ਉਹਨਾਂ ਨੇ ਸਹਿਯੋਗ ਦਿੱਤਾ ਸਾਡਾ ਜੀ। ਜਿਹੜਾ ਬੱਚਾ ਅਤੇ ਹੁਣ ਇਹ ਸਾਰੇ ਤੰਦਰੁਸਤ? ਹਾਂਜੀ ਬਿਲਕੁਲ ਤੰਦਰੁਸਤ ਆ, ਤੁਹਾਡੇ ਸਾਹਮਣੇ ਆ, ਲੈ ਲਓ ਛੋੜ। ਹਾਂਜੀ ਹਾਂਜੀ, ਬਹੁਤ ਕਿਸੇ ਸੰਸਥਾ ਵੱਲੋਂ ਸਨਮਾਨ ਕੀਤਾ ਗਿਆ ਹੋਇਆ? ਹਾਂਜੀ, ਉਹ ਡਾਕਟਰ ਬਖਸ਼ੀਸ਼ ਸਿੰਘ ਆ ਜੀ, ਪੰਡੋਰੀ ਗੇਟ ਤੋਂ, ਉਹਨਾਂ ਨੇ ਸਾਨੂੰ ਸਨਮਾਨਿਤ ਕੀਤਾ, ਬਹੁਤ ਵਧੀਆ, ਤੁਹਾਨੂੰ ਖੁਸ਼ੀ ਮਹਿਸੂਸ ਹੁੰਦੀ ਹੈ? ਤੁਹਾਡੇ ਮਹਿਕਮੇ ਦੇ ਕਾਫੀ ਕਿਰੰਤੂ ਪਰੰਤੂ ਕਰਦਾ ਤੁਸੀਂ, ਇੱਕ ਮਹਿਕਮੇ ਦੀ ਵੀ ਜਿਹੜੀ ਕਹਿੰਦੇ ਵੀ ਲਾਜ ਹੀ ਬਚਾਈ ਵੀ ਵਧੀਆ, ਇੱਕ ਸ਼ਾਖ ਜਿਹੜੀ ਆ ਉੱਚੀ ਕੀਤੀ ਹੈ, ਉਹਦੇ ਪ੍ਰਤੀ ਕੀ ਕਹੋਗੇ? ਹਾਂਜੀ, ਅਸੀਂ ਤਾਂ ਨੇ ਵੀ ਸਾਡੇ ਤੋਂ ਲੈ ਕੇ ਸਿੱਖਿਆ, ਹਰ ਇੱਕ ਇਨਸਾਨ ਨੂੰ ਚਾਹੀਦੀ ਵੀ ਜਿਵੇਂ ਅਸੀਂ ਸੇਵਾ ਕੀਤੀ ਆ, ਹਰ ਇੱਕ ਪੁਲਿਸ ਵਾਲਾ, ਹਰ ਇੱਕ ਮੁਲਾਜ਼ਮ ਜਿੱਥੇ ਵੀ ਕੋਈ ਲੱਗਾ ਵਾ, ਬਸ ਸੇਵਾ ਕਰੋ। ਅਤੇ ਦੂਜੇ ਮੁਲਾਜ਼ਮਾਂ ਨੂੰ ਇਹੀ ਸੰਦੇਸ਼? ਹਾਂਜੀ ਹਾਂਜੀ, ਦੂਸਰੇ ਮੁਲਾਜ਼ਮ ਨੂੰ ਇਹ ਸੰਦੇਸ਼ ਆ, ਸਾਡੇ ਨੂੰ ਸੇਵਾ ਕਰੋ ਅਤੇ ਆਪਦਾ ਨਿਮਾਣਾ ਖੱਟੋ। ਅਸੀਂ ਸਾਡੇ ਪੁਲਿਸ ਮੁਖੀ ਸਰਦਾਰ ਹਰਮਨਦੀਪ ਸਿੰਘ ਸਿੱਧ ਸਾਹਿਬ, SSP ਸਾਹਿਬ ਮੋਗਾ, ਉਹਨਾਂ ਵੱਲੋਂ ਵੀ ਬਹੁਤ ਬਹੁਤ ਧੰਨਵਾਦ ਜੀ। ਹਾਂਜੀ ਹਾਂਜੀ, ਆਇਆ ਜੀ ਉਹਨਾਂ ਦਾ ਸੁਨੇਹਾ? ਹਾਂਜੀ ਹਾਂਜੀ, ਬਹੁਤ ਉਹਨਾਂ ਦੇ ਆਇਆ ਜੀ। ਹਾਂਜੀ, ਠੀਕ ਹੈ, ਆਈ ਗਏ, ਬਹੁਤ ਬਹੁਤ ਧੰਨਵਾਦ ਜੀ, ਵਧਾਈ ਦੇ ਪੱਤਰ ਸਾਰਿਆਂ ਨੂੰ ਵਧਾਈ ਦਿੱਤੀ, ਬਹੁਤ ਵਧੀਆ ਜੀ, ਦੇ ਗਏ ਬਹੁਤ ਵਧੀਆ ਸਨਮਾਨ ਦਾ ਘੂੜਾ ਸਾਹਮਣੇ ਪਿਆ। ਹਾਂਜੀ ਹਾਂਜੀ। ਅੱਛਾ ਬੀਬੀ, ਤੁਸੀਂ ਕੀ ਕਹੋਗੇ ਉਸ ਦਿਨ ਇਹਨਾਂ ਨੇ ਹੈਲਪ ਕੀਤੀ ਤੁਹਾਡੀ? ਵਧੀਆ ਹੈਲਪ ਤਾਂ ਕੀਤੀ, ਇਹਨਾਂ ਦਾ ਧੰਨਵਾਦ, ਵਿਚਾਰਿਆਂ ਨੇ ਸਾਡੀ ਜਾਨ ਬਚਗਾਈ, ਨਨਕਾਂ ਇਹਨਾਂ ਦੀ ਤਨਖਾਹ ਨੌਕਰੀਆਂ ਇੱਦੋਂ ਗੁੱਡੀਆਂ ਵੱਡੀਆਂ ਉੱਚੀਆਂ ਕਰੇ, ਅਸੀਂ ਮਰਦਾਨੇ ਕਿ ਮਰਾਸੀ 'ਚ ਪੈਸਾ ਨਹੀਂ, ਤੇਲਾ ਨਹੀਂ, ਕਿਹਦੇ ਤੋਂ ਅਸੀਂ ਆਉਂਦੇ ਵੀ ਸਾਨੂੰ ਬਚਾਓ ਜੀ, ਬਚਾਓ ਜੀ, ਹੈ ਵੀ ਬਚਾਓ ਸਾਨੂੰ, ਇਹਨਾਂ ਨੇ ਬਚਾਇਆ, ਇਹਨਾਂ ਦਾ ਧੰਨਵਾਦ ਹੀ ਹੈ, ਮਾਲਕ ਇਹਨਾਂ ਨੂੰ ਰਾਜ਼ੀ ਰੱਖੇ ਅਤੇ ਇਹਨਾਂ ਦੀਆਂ ਇੱਦੋਂ ਵੀ ਉੱਚੀਆਂ ਕੁਰਸੀਆਂ ਮਹਾਰਾਜ ਡਾਵੇ। ਪੁਲਿਸ ਵਾਲੇ ਕੰਮ ਆਏ, ਡਾਕਟਰ ਕੰਮ ਨਹੀਂ, ਡਾਕਟਰ ਨਹੀਂ ਕੰਮ ਆਏ, ਉਹਨਾਂ ਬਾਰੇ ਬਾਰੇ ਪੁਲਿਸ ਵਾਲੇ ਕੰਮ ਆਏ ਸਾਡੇ, ਡਾਕਟਰ ਨਹੀਂ ਕੰਮ ਆਏ, ਪਲਾ ਵੇ ਸਾਡੇ ਤਾਂ ਸਭ ਕੁਛ ਇਹ ਸੀ ਉਦਣ ਜਿਹਨਾਂ ਨੇ ਸਾਨੂੰ ਬਚਾਤਾ। ਕਈ ਲੋਕ ਇਹਨਾਂ ਨੂੰ ਮਾੜਾ ਕਹਿੰਦੇ, ਉਹਨਾਂ ਬਾਰੇ ਕੀ ਕਹੋ? ਨਹੀਂ ਅਸੀਂ ਸਾਨੂੰ ਨਹੀਂ ਮਾੜੇ ਨਾ, ਸਾਨੂੰ ਨਹੀਂ ਮਾੜੇ, ਜੇ ਗਲਤੀ ਕਰਨਗੇ ਤਾਂ ਆਖੀ ਜਾਣੀ ਨਹੀਂ, ਸਾਡੇ ਪਾ ਦੇ ਧੰਨਵਾਦ, ਧੰਨਵਾਦ ਰੱਬ ਹੀ ਹੈ ਸਾਡਾ, ਰੱਬ ਹੀ। ਬੱਚਾ ਵਧੀਆ ਠੀਕ? ਹਾਂ ਵਧੀਆ, ਬੱਚਾ ਵੀ ਵਧੀਆ, ਨੂੰਹ ਵੀ ਠੀਕ ਹੈ, ਤੁਹਾਡਾ ਭਲਾ ਆਵੇ। ਨਾਮ ਕਹਿੰਦੇ ਕੋਈ ਬੜਾ ਵਧੀਆ ਜਿਹਾ ਸੋਚਿਆ? ਕੋਈ ਨਹੀਂ ਰੱਖਿਆ ਸਜਾ, ਤੁਸੀਂ ਰੱਖ ਦਿਓ, ਅਸੀਂ ਕੋਈ ਰੱਖਿਆ ਨਹੀਂ, ਨਾ ਤੁਸੀਂ ਰੱਖ ਦਿਓ। ਨਹੀਂ ਯਾਦਗਾਰੀ ਹੈ, ਇੱਕ ਸਮਾਂ ਉਹ ਜਿਹਾ ਸੀਗਾ ਯਾਦਗਾਰੀ ਨਾਲ। ਨਹੀਂ ਤੁਸੀਂ ਰੱਖੋ, ਸਾਨੂੰ ਤਾਂ ਪਤਾ ਨਹੀਂ, ਅਸੀਂ ਤਾਂ ਅਜੇ ਰੱਖਿਆ ਨਹੀਂ, ਤੁਸੀਂ ਰੱਖ ਦਿਓ ਜੇ ਤੁਹਾਡੇ ਕੋਲ ਬਸ। ਜਿਹੜੇ ਉਸ ਦਿਨ ਹੋਈ ਆਪਣੇ ਤੁਹਾਡੇ ਨਾਲ, ਕੀ ਕਹੋਗੇ ਜਿਹੜਾ ਵੀ ਤੁਹਾਡੀ ਪੁਲਿਸ ਵਾਲਿਆਂ ਨੇ ਮਦਦ ਕੀਤੀ ਆ? ਜੀ ਮੈਨੂੰ ਬਹੁਤ ਦਰਦਾਂ ਲੱਗੀਆਂ ਸੀਗੀਆਂ, ਅਤੇ ਇਹ ਅਸੀਂ ਤੁਰੇ ਆਉਂਦੇ ਸਾਨੂੰ ਉੱਥੋਂ ਮਿਲ ਪਏ, ਅਤੇ ਮੈਂ ਰੋਈ ਆਵਾਂ, ਇਹ ਸਾਨੂੰ ਫਿਰ ਵਾਪਸ ਮੋੜ ਕੇ ਉੱਥੇ ਲੈ ਗਏ, ਅਤੇ ਉਦੋਂ ਵੀ ਜ਼ਿਆਦੀਆਂ ਦਰਦਾਂ ਆਉਣ ਲੱਗੀਆਂ, ਇਹਨਾਂ ਨੇ ਬੈੱਡ ਲਿਆ ਕੇ ਡਾਹ ਤਾ ਉੱਥੇ, ਇਹਨਾਂ ਨੇ ਆਖਿਆ ਨੂੰ ਇੱਥੇ ਪਾ ਦਿਉ, ਅਤੇ ਉਹ ਫਿਰ ਜ਼ਿਆਦਾ ਦਰਦ ਹੋਣ ਲੱਗ ਗਈ, ਅਤੇ ਮੈਂ ਉੱਥੇ ਪੈ ਗਈ, ਉੱਥੇ ਫਿਰ ਬੱਚਾ ਹੋ ਗਿਆ, ਫਿਰ ਇਹਨਾਂ ਨੇ ਦੁੱਧ ਦੁੱਧ ਲਿਆਂਦਾ, ਪਾਣੀ ਪੂਣੀ ਲਿਆਂਦਾ, ਮੈਨੂੰ ਪਿਆਇਆ ਵਿਚਾਰਿਆਂ ਨੇ, ਇਹਨਾਂ ਦਾ ਧੰਨਵਾਦ। ਤੁਸੀਂ ਡਾਕਟਰਾਂ ਕੋਲ ਗਏ ਸੀ? ਹਾਂਜੀ ਗਏ ਸੀ। ਡਾਕਟਰਾਂ ਨੇ ਮਦਦ ਨਹੀਂ ਕੀਤੀ, ਡਾਕਟਰਾਂ ਪ੍ਰਤੀ ਤੁਹਾਡਾ ਕੀ? ਨਹੀਂ ਕੋਈ ਨਹੀਂ, ਉਹਨਾਂ ਨੇ ਨਾ ਬਾਹਰ ਖੋਲ੍ਹਿਆ ਨਾ ਕੁਛ। ਕਿੰਨੇ ਹਸਪਤਾਲਾਂ 'ਚ ਗਏ ਸੀ? ਦੋ ਤਿੰਨਾਂ 'ਚ ਗਏ ਸੀ। ਹੁਣ ਵਧੀਆ ਤੰਦਰੁਸਤ? ਹਾਂਜੀ ਧੰਨਵਾਦ ਇਹਨਾਂ ਦਾ, ਹਾਂਜੀ ਜਿਹਨਾਂ ਨੇ ਮਦਦ ਕੀਤੀ ਸਾਡੀ। ਤੁਸੀਂ ਤੇ ਬੱਚੇ ਠੀਕ ਹੋ ਸਾਰਾ? ਹਾਂਜੀ। ਸਿਹਤ ਵਿਭਾਗ ਵਾਲੇ ਆਏ ਸੀ ਕਰਮਚਾਰੀ ਕੱਲ ਜਾਂ ਅੱਜ ਸਰਕਾਰ ਦੇ? ਕੋਈ ਡਾਕਟਰ ਆਏ ਉਦੋਂ ਬਾਅਦ ਤੁਹਾਡੇ ਕੋਲ? ਡਾਕਟਰ ਡਾਕਟਰ ਆਏ ਸੀਗੇ ਐਂਬੂਲੈਂਸ ਤੇ ਲੈ ਕੇ ਗਿਆ, ਟੀਕਾ ਲੱਗਿਆ। ਹਾਂਜੀ ਕੱਲ ਟੀਕਾ ਲਵਾ ਕੇ ਲਿਆਂਦਾ।
ਸਾਡੇ ਨਾਲ ਹੋਰ ਪਰਿਵਾਰਕ ਮੈਂਬਰ ਨੇ ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬੀਬੀ ਜੀ ਕੀ ਨਾਂ ਕੀ ਹੈ ਤੁਹਾਡਾ? ਮੰਗੋ। ਅੱਛਾ ਜੀ, ਉਸ ਦਿਨ ਕੀ ਹੋਇਆ? ਉਸ ਦਿਨ ਇਹਦੀ ਹਾਲਤ ਬਹੁਤ ਮੰਦੀ ਸੀ ਅਤੇ ਅਸੀਂ ਡਾਕਟਰ ਦੇ ਲੈ ਕੇ ਗਏ ਤਾਂ ਉਹਨਾਂ ਦੇ ਖੁੱਲ੍ਹਿਆ ਨਹੀਂ ਸੀ ਸਰਕਾਰੀ ਹਸਪਤਾਲ, ਅਤੇ ਬਥੇਰਾ ਸ਼ਮੀਆਂ ਦੇ ਵੀ ਗਏ ਉਹ ਵੀ ਅੱਗੋਂ ਬੰਦ ਸੀਗਾ ਵੀ ਹਾਲਤ ਦਾ ਕਰਕੇ। ਫਿਰ ਇੱਥੇ ਸੀਸਾ ਡਾਕਟਰ ਦੇ ਲਗਾਏ, ਉਹਨਾਂ ਨੇ ਮੈਨੂੰ ਬੂਹਾ ਜਾਣ ਦਾ ਵੀ ਹਾਲਤ ਦਾ ਕਰਕੇ ਬੰਦ ਸੀ। ਇਹਦੇ ਜ਼ਿਆਦਾ ਤਕਲੀਫਾਂ ਜ਼ਿਆਦਾ ਵੱਧ ਗਈਆਂ। ਇਹਨਾਂ ਨੇ ਪੁਲਿਸ ਵਾਲਿਆਂ ਨੂੰ ਵਿਚਾਰਿਆਂ ਨੇ ਸਾਨੂੰ ਪੁੱਛਿਆ ਦੱਸਿਆ ਇਹਨਾਂ ਉਹ ਕੁੜੀ ਅੱਗੇ ਮਿੰਦੋ ਸੀਗੀ ਅਤੇ ਵਿੱਕੀ ਸੀ, ਉਹਨਾਂ ਨੇ ਮੈਨੂੰ ਦਵਾ ਦਾ ਮੋਟਰਸਾਈਕਲ 'ਤੇ ਕੁੜੀ ਇਹਨਾਂ ਨੇ ਪਾ ਤੀ ਬੰਚ 'ਤੇ ਮੈਨੂੰ ਦਵਾ ਦਾ ਬੁਲਾਇਆ। ਫਿਰ ਇਸ ਬੱਚੀ ਦਾ ਮੈਂ ਦੱਸਤਾ ਵੀ ਇਹਦਾ ਕੇਸ ਹੋਣ ਵਾਲਾ ਅਤੇ ਜਸਵੀਰ ਨੂੰ ਤੁਸੀਂ ਸੱਦ ਲਿਓ। ਇਹ ਵਿਚਾਰਾ ਗਿਆ ਪੁਲਿਸ ਵਾਲਾ ਜਸਵੀਰ ਨੂੰ ਲੈਣ ਗਿਆ, ਉਦੋਂ ਨੂੰ ਕੇਸ ਜਾਣ ਦਾ ਹੋ ਗਿਆ। ਮੁੜ ਕੇ ਇਹਦੀ ਹਾਲਤ ਜ਼ਿਆਦਾ ਮੰਦੀ ਸੀਗੀ ਹੈਂ। ਉਦੋਂ ਇਹਨਾਂ ਨੇ ਦੁੱਧ ਵੀ ਵਿਚਾਰਿਆਂ ਨੇ ਗਰਮ ਕਰਾ ਕੇ ਪਿਆ, ਫਿਰ ਇਹਨਾਂ ਨੇ ਪਾਣੀ ਪੂਣੀ ਵੀ ਪਿਆ। ਫਿਰ ਕਹਿੰਦੇ ਵੀ ਤੁਸੀਂ ਟਿੱਕ ਕੇ ਹੌਲੀ ਹੌਲੀ ਤੁਸੀਂ ਜਾਓ, ਕੋਈ ਨਹੀਂ ਵੀ ਕੁਛ ਨਹੀਂ ਹੁੰਦਾ ਹੈਂ। ਮੁੜ ਕੇ ਇਹਨਾਂ ਨੇ ਗੱਡੀ ਲੈਂਦੀ ਪੁਲਿਸ ਵਾਲੋਂ, ਉੱਥੋਂ ਲੈਂਦੀ ਠਾਣਿਓ, ਅਤੇ ਮੁੜ ਕੇ ਵਿਚਾਰਾ ਫਿਰ ਬਾਈ ਛੱਡ ਕੇ ਗਿਆ ਪੁਲਿਸ। ਹਾਂ ਹਾਂ, ਮੈਂ ਕੇਸ ਕਰਾਇਆ ਇਹਦਾ। ਜ਼ਿਆਦਾ ਮੰਦੀ ਹਾਲਤ ਸੀਗੀ, ਕੋਈ ਪਤਾ ਨਹੀਂ ਵੀ ਵਿਚਾਰੇ ਨੂੰ ਕਿੱਥੇ ਖਿੱਚੀ ਤੁਸੀਂ ਜਾਂਦੇ। ਫਿਰ ਇਹਨਾਂ ਦਾ ਭਲਾ ਹੋਵੇ ਜਿਹੜੀ ਸਾਡੇ 'ਤੇ ਹੈਲਪਤ ਕੀਤੀ ਮਾਲਕ, ਇਹਨਾਂ ਨੂੰ ਜ਼ਿਆਦਾ ਅਹੁਦੇ ਬਚਕੇ ਬਾਹਲੀ ਮੰਦੀ ਹਾਲਤ ਸੀ ਇਸ ਕੁੜੀ ਦੀ, ਦੱਸ ਨਹੀਂ ਸਕਦੇ। ਮੰਨਦੇ ਵੀ ਜਿਹੜੇ ਲੱਖਾਂ ਰੁਪਈਆ ਲੈਣ ਵਾਲੇ ਡਾਕਟਰ ਵੱਡੀਆਂ ਪਰਚੀਆਂ ਕੱਟਣ ਵਾਲੇ ਕੋਈ ਵੀ ਕੰਮ ਨਹੀਂ ਆਇਆ? ਹਾਂ ਨਾ ਨਾ, ਉਹ ਕੋਈ ਕੰਮ ਨਹੀਂ ਆਇਆ ਬਿਮਾਰੀ ਦੇ ਹਾਲਾਤ ਦਾ ਕਰਕੇ ਵੀ, ਬਾਕੀ ਇੱਥੇ ਸਰਕਾਰੀ ਹਸਪਤਾਲ ਦਾ ਕਰਕੇ ਕੋਈ ਪਤਾ ਹੈ ਸੁਣਦਾ ਹੀ ਕੋਈ ਨਹੀਂ ਇੱਥੇ ਹਸਪਤਾਲ 'ਚ। ਅੱਗੇ ਵੀ ਕੇਸ ਇਸ ਤਰ੍ਹਾਂ ਹੋ ਗਿਆ ਤਾਂ ਹੁਣ ਵੀ ਇਸ ਤਰ੍ਹਾਂ ਹੀ ਹੋ ਗਿਆ। ਹਾਂ, ਡਾਕਟਰਾਂ ਕੋਲ ਗਏ ਸੀ ਇੱਥੇ ਤਾਂ? ਇੱਕ ਪਹਿਲਾਂ ਸਰਕਾਰੀ ਹਸਪਤਾਲ ਗਏ, ਦੋ ਗੇੜੇ ਗਏ ਅਤੇ ਨਹੀਂ ਬੂਹਾ ਖੁੱਲ੍ਹਿਆ ਵੀ ਨਹੀਂ ਸੀਗਾ। ਫਿਰ ਇੱਥੇ ਅਸੀਂ ਸੀਸਾ ਡਾਕਟਰ ਦੇ ਗਏ, ਉਹਨਾਂ ਨੇ ਮੈਨੂੰ ਖੋਲ੍ਹਿਆ ਬੂਹਾ, ਅੱਗੇ ਲਿਖਿਆ ਸੀਗਾ ਵੀ ਨਹੀਂ ਬੂਹਾ ਖੋਲ੍ਹਣਾ ਬਿਮਾਰੀ ਦਾ ਕਰਕੇ ਮਨਾ। ਫਿਰ ਇਹਨਾਂ ਨੇ ਵਿਚਾਰਿਆਂ ਨੇ ਪੁਲਿਸ ਵਾਲਿਆਂ ਨੇ ਇੱਥੇ ਲੈ ਕੇ ਗਏ ਸ਼ਮੀਏ ਦੇ ਹਸਪਤਾਲ ਵੀ ਪਤਾ ਕੀਤਾ ਇਹਨਾਂ ਨੇ, ਅੱਗੇ ਮੈਨੂੰ ਉੱਥੇ ਫਿਰ ਬੂਹਾ ਨਹੀਂ ਖੋਲ੍ਹਿਆ। ਫਿਰ ਇਹਨਾਂ ਨੇ ਸਾਨੂੰ ਬੰਚ ਜਿਹਾ ਲਿਆ ਕੇ ਅਤੇ ਪਾਤਾ ਗੁੱਡੀ ਨੂੰ, ਉਦੋਂ ਨੂੰ ਜ਼ਿਆਦਾ ਦਰਦਾਂ 'ਚ ਹੋ ਗਈਆਂ। ਮੁੜ ਕੇ ਮਿੰਦੋ ਨੇ ਅਤੇ ਮੈਂ ਫਿਰ ਇਹਦਾ ਕੇਸ ਕਰਾਤਾ, ਉਦੋਂ ਨੂੰ ਤਿੰਨੇ ਚਾਰੇ ਕੁੜੀਆਂ ਸੀ, ਬੋ ਮਿੰਦੋ ਛਿੰਦੋ ਇਹ ਸਾਰੀਆਂ ਸੀ ਇਕੱਠੀਆਂ ਹੋ ਕੇ। ਫਿਰ ਇਹਨਾਂ ਨੇ ਬੈਟਰੀ ਫੜਾਈ, ਪਾਣੀ ਲਿਆਂਦਾ, ਵਿਚਾਰਿਆਂ ਨੂੰ ਦੁੱਧ ਦੁੱਧ ਪਿਆਇਆ। ਪੁਲਿਸ ਮੁਲਾਜ਼ਮਾਂ ਨੇ ਵਧੀਆ? ਹਾਂ ਵਧੀਆ, ਇਹਨਾਂ ਨੇ ਸਾਡੇ ਕੇਸ ਦੇ ਵਿੱਚ ਹੈਲਪ ਕੀਤੀ, ਬਹੁਤ ਜ਼ਿਆਦਾ ਸਾਡੇ ਤੋਂ ਮਦਦ ਕੀਤੀ। ਮਾਲਕ ਇਹਨਾਂ ਨੂੰ ਅਹੁਦੇ ਬਚ ਕੇ ਇਦੋਂ ਵੀ ਜ਼ਿਆਦਾ ਤੰਦਰੁਸਤੀਆਂ ਦੇਵੇ ਮਾਲਕ। ਇਹ ਸਨ ਪਰਿਵਾਰਕ ਮੈਂਬਰ ਜਿਨ੍ਹਾਂ ਨੇ ਉਸ ਦਿਨ ਰਾਤ ਦੀ ਸਾਰੀ ਘਟਨਾ ਜਿਹੜੀ ਹੈ ਦੱਸੀ ਹੈ, ਅਤੇ ਇਹਨਾਂ ਔਰਤਾਂ ਵੱਲੋਂ ਆਪ ਹੀ ਇਹ ਕੇਸ ਕੀਤਾ ਗਿਆ। ਉਹਨਾਂ ਦਾ ਕਹਿਣਾ ਕਿ ਪੁਲਿਸ ਨੇ ਸਾਡੀ ਬੇਹੱਦ ਜ਼ਿਆਦਾ ਮਦਦ ਕੀਤੀ ਹੈ, ਜਿਹੜੇ ਡਾਕਟਰ ਆ ਲੱਖਾਂ ਰੁਪਈਆ ਲੈਣ ਵਾਲੇ ਕੋਈ ਵੀ ਸਾਡੇ ਕੰਮ ਨਹੀਂ ਆਇਆ। ਉਹਨਾਂ ਦਾ ਕਹਿਣਾ ਕਿ ਜਿਹੜੇ ਇਹਨਾਂ ਡਾਕਟਰਾਂ ਖਿਲਾਫ ਆ ਜਿਨ੍ਹਾਂ ਨੇ ਉਸ ਦਿਨ ਦਰਵਾਜ਼ੇ ਨਹੀਂ ਖੋਲ੍ਹੇ ਉਹਨਾਂ ਖਿਲਾਫ ਬਣਦੀ ਕਾਰਵਾਈ ਕੀਤੀ ਜਾਵੇ, ਅਤੇ ਸਰਕਾਰੀ ਹਸਪਤਾਲਾਂ ਖਿਲਾਫ ਵੀ ਜਿਹੜੇ ਕੰਮ ਨਹੀਂ ਆ ਰਹੇ, ਜਿਨ੍ਹਾਂ ਦੇ ਦੁਆਰਾ ਹਸਪਤਾਲ ਨਹੀਂ ਖੋਲ੍ਹਿਆ ਗਿਆ, ਉਹਨਾਂ ਖਿਲਾਫ ਵੀ ਕਾਰਵਾਈ ਕੀਤੀ ਜਾਵੇ। ਜਗਿੰਦਰ ਸਿੰਘ, ਡੇਲੀ ਪੋਸਟ, ਪੰਜਾਬੀ, ਮੋਗਾ। ਸਤਿ ਸ਼੍ਰੀ ਅਕਾਲ। ਜੇ ਤੁਸੀਂ ਕੈਨੇਡਾ ਸਟੂਡੈਂਟ ਵੀਜ਼ੇ 'ਤੇ ਜਾਣਾ ਚਾਹੁੰਦੇ ਹੋ ਪਰ ਆਇਲਸ ਵਿੱਚ ਓਵਰਆਲ ਤਾਂ 6 ਆ ਗਏ, ਇੱਕ ਵਿੱਚ 5.5 ਬੈਂਡ ਕਰਕੇ ਡਰਦੇ ਹੋ, ਜਾਂ ਕੈਨੇਡਾ ਦਾ ਸਟੂਡੈਂਟ ਵੀਜ਼ਾ ਰਿਫਿਊਜ਼ ਕਰਵਾ ਬੈਠੇ ਹੋ, ਜਾਂ ਸਟੱਡੀ ਗੈਪ ਜ਼ਿਆਦਾ ਹੋਣ ਕਰਕੇ ਸੋਚਦੇ ਹੋ ਕਿ ਕਿਤੇ ਰਿਫਿਊਜ਼ਲ ਨਾ ਆ ਜਾਵੇ, ਤਾਂ ਅੱਜ ਹੀ ਪਿਰਾਮਿਡ ਈ ਸਰਵਿਸਿਜ਼ ਨੂੰ ਮਿਲੋ ਔਰ ਕੈਨੇਡਾ ਜਾਣ ਦੇ ਆਪਣੇ ਸੁਪਨੇ ਨੂੰ ਸਾਕਾਰ ਕਰੋ।